ਭਾਜੀ ਇੱਕ ਮਿੰਟ ਠੀਕ ਹੈ ਜੀ ਠੀਕ ਹੈ 33ਵੀਂ ਵੀ ਕਟਾ ਗਏ ਉਹ ਕਹਿੰਦੇ ਜੋ ਨਹੀਂ ਠੀਕ ਹੈ ਜੀ ਠੀਕ ਹੈ ਬਈ 31 ਨੰਬਰ ਵੀ ਜੋੜੀ ਕੈਂਸਲ ਆ ਤੇ 33 ਨੰਬਰ ਵੀ ਕੈਂਸਲ ਆ ਜੇ ਕੋਈ ਜੋੜ ਨਹੀਂ ਚਾਹੁੰਦਾ ਹੋਵੇ ਤਾਂ ਸੰਪਰਕ ਕਰ ਸਕਦਾ ਬਈ ਬਾਕੀ ਬੰਦੇ ਬਾਹਰ ਹੋ ਜਾਓ ਲਾ ਦਿਓ ਜੀ ਲਾ ਦਿਓ ਬਾਕੀ ਬੰਦੇ ਰੱਸੀ ਤੇ ਬਾਹਰ ਹੋ ਜਾਓ ਇੱਕ ਇੱਕ ਬੋਲ ਦੋ ਜੀਵਨ ਸਿੰਘ ਜਮਸ਼ੇਰ ਦਾ ਅੰਦਰਲਾ ਤੇ ਉੱਪਰਲਾ ਹੈਗਾ ਸੋਖਾ ਦਾ ਸੋਖਾ ਤਿੰਨ ਚਾਰ ਪੰਜ ਛੇ ਸੱਤ ਭਾਜੀ ਆ 27ਵੀਂ ਚੱਲਦੀ ਆ ਨਹੀਂ 34ਵੀਂ ਲੈ ਆ ਨੌ ਬਈ ਦਸ ਗਿਆਰਾਂ ਸਾਢੇ ਗਿਆਰਾਂ ਕਿਹੜੇ ਇੱਕ ਮਿੰਟ ਬਾਰਾਂ 33 ਨੰਬਰ ਜੋੜੀ ਰੁੜਕੇ ਵਾਲੇ ਨੇ ਜੋੜਨੀ ਆ ਜੀ ਮਜੂਏ ਵਾਲੇ ਵੀਰ ਨੂੰ ਮੈਂ ਦੱਸ ਦਵਾਂ 13 14 15 16 ਜਸਵਿੰਦਰ ਸਿੰਘ ਟਾਲੀ ਆਪਣੀ ਜੋੜੀ ਤਿਆਰ ਰੱਖੋ ਜੀ ਇਸ ਜੋੜੀ ਤੋਂ ਬਾਅਦ 28 ਨੰਬਰ ਜੋੜੀ 17 ਜਸਵਿੰਦਰ ਸਿੰਘ ਟਾਲੀ 18 19 20 21 22 2 ਮਿੰਟ 22 ਕਿਹੜੇ ਤੇ ਦੋ ਕਰਮਾਂ ਉੱਤੇ ਆ ਬਈ 23 24 25 26 27 28 29 30 31 ਅੰਕਲ ਜੀ ਖਿਆਲ ਰੱਖਿਓ 32 ਸੋਖਿਆ ਹੋ ਗਿਆ ਟਾਈਮ ਤੇਰਾ 32.5 ਕਿਹੜੇ ਆ ਨਾਲੇ ਤਾਂ ਖੜਕਾ ਵੀ ਕਰ ਲਿਆ ਸੀ ਵੀ ਚੱਕ ਬਾਹਰੇ ਕੀਤਾ ਸੀ ਨਹੀਂ ਜੀ 31 ਨੰਬਰ ਜੋੜੀ ਕੱਟ ਹੁੰਦੀ ਹੈ ਇੱਕ 32 ਨੰਬਰ ਗੁਰਵਿੰਦਰ ਸਿੰਘ ਰਾਮੇ ਵਾਲੇ ਨੇ ਜੋੜਨੀ ਆ ਤੇ 33 ਨੰਬਰ ਸੀਤਾ ਬਜੂ ਕੀਰਾ ਮੱਲਿਆ ਵਾਲਾ ਬਈ ਪੈੜੀ 'ਚ ਆਵੇ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਕਹਿੰਦੇ ਬਹੁਤ ਥੱਕਣੇ ਆ ਇਹ ਬੋਲ ਕਿਹਦੇ ਕਿਹਦੇ ਆ ਹਾਂਜੀ ਤਾਂ ਦੋਨੇ ਟਾਲੀ ਦੇਈਏ ਨਹੀਂ ਹਾਂ ਦੋਏ ਟਾਲੀ ਜੇ ਕਰ ਦਿਆਂਗੇ ਤੁਹਾਡਾ ਦੀ ਜੋੜੀ ਆ ਫੇਰ ਆਪਣਾ ਆਪ ਮੁੰਡੇ ਆ ਟਾਲੀ ਜੇ ਬਈ ਜਿੰਦਰ ਹੁਣੀ ਜਿੱਦਾਂ ਕਿਹਾ ਕਰਕੇ ਮੈਂ ਕਿਹਾ ਹੁਣ ਇਹਨੂੰ ਕੀਰੇ ਨੂੰ ਇਹਨੂੰ ਤਾਂ ਨਹੀਂ ਦਿੰਦੀ ਨੂੰ ਤਾਂ ਨਹੀਂ ਇਨਾਮ ਦੇਣਾ ਮੈਂ ਕਿਹਾ ਵੀ ਅਸੀਂ ਬੰਦੇ ਕੀਰਾ ਹੀ ਲੈ ਕੇ ਗਿਆ ਆਗੇ ਇਹਨੂੰ ਕਿ ਇੱਕ ਨਾਮ ਦੇ ਦਿੱਤਾ ਸੀ ਵੀ ਤੁਹਾਡਾ ਉਹਨੇ ਮੈਂ ਕਿਹਾ ਤੂੰ ਸੋਹਣੇ ਬਹੁਤ ਭੱਜਣਡੇ ਨੇ ਖਰਾਬ ਕਰ ਦਿੱਤਾ ਪੰਜਵੇਂ ਨੰਬਰ ਬਣਦਾ ਸੀ ਨਹੀਂ ਨੰਬਰ ਹਲੇ ਹੋਰ ਨੇੜੇ ਆਉਂਦਾ ਕਿਉਂ ਇਹਨੇ ਮਸ਼ੀਨ ਵਜਾਤੀ ਬਹੁਤ ਘਟ ਗਿਆ ਸੱਤਵਾਂ ਨੰਬਰ ਬਣਦਾ ਸੀ ਮਸ਼ੀਨ ਵਜਾਈ ਵੀ ਜ਼ਿਆਦਾ ਯਾਰ 60 60 ਜੋੜੀਆਂ
ਹੁਣ ਜੋੜਨੀਆਂ ਹੀ ਆ ਸਾਰੀਆਂ ਭਾਜੀ। ਇਹ 28ਵੀਂ ਜੋੜੀ ਜੋੜਨ ਲੱਗੀ ਆ ਠੀਕ ਤਾਂ ਕਿਹਾ ਜੇ ਹਿਸਾਬ ਦੀਆਂ ਵਾਸਤੀਆਂ ਤੇ ਵਾਸਤੀਆਂ ਖਰੀਆਂ ਚੱਕਰ ਮੋਲਾ ਮੁੰਡਾ ਤੁੱਤਾ ਕਰ ਜਾਂਦਾ ਆ ਪੰਜਾਂ ਕਿਉਂ ਮਹੀਨੇ ਚ ਕੰਪਲੀਟ ਆ ਗਈ ਉਹਦੀਆਂ ਉੱਠਿਆ ਵੀ ਹੈ ਝਿੰਗੜੀ ਮੈਂ ਸੀਗਾ ਦੇਖੋ ਆਪਾਂ ਤਾਂ ਜਿਹਦੇ ਨਾਲ ਕਰਾਂਗੇ ਬਿਲਕੁਲ ਇਨਸਾਫ ਕਰਾਂਗੇ ਨਾਲੇ ਕੇਸ ਆ ਕੇ ਮੈਂ ਜਿੱਤੇ ਆ ਤੇ ਮੈਂ ਅਸੀਂ ਬਾਹਰੋਂ ਇੱਧਰ ਕੰਮ ਕਰਾਂਗੇ ਤੁਸੀਂ ਫੋਨ ਵੀਰੋ ਦੱਸ ਦਿਓ ਬਈ ਅੰਕਲ ਜੀ ਲਾ ਦਿਓ ਜੀ ਇੱਕ ਦੋ ਤਿੰਨ ਬਈ ਸਾਡੇ ਦਰਮਿਆਨ ਬੋਬੀ ਸੇਠ ਸਾਹਿਬ ਆਏ ਨੇ ਚਾਰ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦੇ ਆ ਸਰਦਾਰ ਕੁਲਵਿੰਦਰ ਸਿੰਘ ਵੱਲੋਂ ਬੇਨਤੀ ਆ ਕਿ ਇੱਧਰ ਸਟੇਜ ਤੇ ਆ ਜਾਓ ਜੀ ਸੇਠ ਬੋਬੀ ਜੀ ਛੇ ਆਏ ਨੇ ਉਹਨਾਂ ਨੂੰ ਵੀ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਹਿੰਦੇ ਹਾਂ ਜੀ ਆਇਆਂ ਆਖਦੇ ਹਾਂ ਅੱਠ ਬਈ ਇਸ ਜੋੜੀ ਦੇ ਖਤਮ ਹੁੰਦਿਆਂ ਨਾਥ ਸਿੰਘ ਮਲੀਆ ਦਸ ਗਿਆਰਾਂ ਇੱਕ ਮਿੰਟ ਗਿਆਰਾਂ ਗੇੜੇ ਬਾਰਾਂ ਤੇਰਾਂ ਕੋਈ ਆ ਜਿਹੜਾ ਰਸਤੇ ਦੇ ਵਿੱਚ ਸਕੂਟਰ ਮੋਟਰਸਾਈਕਲ ਖੜਦੇ ਆ ਚਾਰ ਵੀਰਾਂ ਨੂੰ ਬੇਨਤੀ ਆ ਕਿ ਰਸਤੇ ਦੇ ਵਿੱਚ ਨਾ ਖੜਾ ਕਰੋ ਆ ਜਿਹੜਾ ਇੱਕ ਸਕੂਟਰ ਰਸਤੇ ਦੇ ਵਿੱਚ ਖੜਾ ਉਹਨੂੰ ਵੀ ਬੇਨਤੀ ਆ ਸਾਈਡ ਤੇ ਕਰ ਲਓ ਵੀਰ ਜੀ ਕੋਈ ਵੀ ਮੇਰਾ ਵੀਰ ਸਕੂਟਰ ਮੋਟਰਸਾਈਕਲ ਰਸਤੇ ਵਿੱਚ ਨਾ ਖੜਾ ਕਰੇ ਆ ਇੱਕ ਸਕੂਟਰ ਰਸਤੇ ਦੇ ਗੱਬੇ ਖੜਾ ਕਰ ਲਾ ਅਠਾਰਾਂ ਅਠਾਰਾਂ ਉੱਨੀ ਵੀਹ ਬਈ ਆ ਜਿਹੜਾ ਵੀ ਰਸਤੇ ਦੇ ਵਿੱਚ ਵੀਰ ਦਾ ਸਕੂਟਰ ਖੜਾ ਉਹਨੂੰ ਬੇਨਤੀ ਆ ਕਿ ਉਹ ਸਕੂਟਰ ਕਿਸੇ ਸਾਈਡ ਤੇ ਕਰ ਲਓ ਬਾਈ ਤੀਰਥ ਸਿੰਘ ਮਲੀਆ ਆਪਣੀ ਜੋੜੀ ਲਾਗੇ ਲਿਆਓ ਜੀ ਤੀਰਥ ਸਿੰਘ ਮਲੀਆ ਲਓ ਜੀ ਤੀਰਥ ਸਿੰਘ ਜੀ ਮੱਲੀਆਂ 29 ਨੰਬਰ ਜੋੜੀ ਜੋੜਨੀ ਆ ਵੀਰ ਜੀ ਗੱਡੀ ਰਸਤੇ 'ਚ ਨਾ ਖੜੀ ਕਰਿਓ ਇੱਧਰ ਸਾਈਡ 'ਤੇ ਲਾਇਓ ਥੈਂ ਬਹੁਤ ਆ ਵੀਰ ਜੀ ਗੱਡੀ ਵਾਲੇ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਸੱਜੇ ਪਾਸੇ ਜਗ੍ਹਾ ਬਹੁਤ ਆ ਉੱਧਰ ਗੱਡੀ ਲਾਇਓ ਬਈ ਕੀਰਾ ਮੱਲੀਆਂ ਵਾਲਾ ਕੀਰੇ ਭਾਅ ਜੀ 200 ਰੁਪਈਆ ਤੇਰੇ ਲਈ ਆਇਆ ਬਾਲੀ ਵਾਲਿਆਂ ਨੂੰ ਕੁਲਵੀਰ ਸਿੰਘ ਮੱਲੀਆਂ ਜਿਹੜਾ ਹੁਣੇ ਹੁਣੇ ਜੋੜੀ ਹੱਕ ਕੇ ਹਟਿਆ ਬੱਤੀ ਤੇ ਗੁਰਵਿੰਦਰ ਸਿੰਘ ਰਾਮਿਆਂ 33 ਤੇ ਸੀਤਾ ਬਜੂਹਾ ਇਹ ਰੁੜਕਾ ਕਲਾਂ ਵਾਲਿਆਂ ਨੇ ਜੋੜਨੀ ਆ ਹਾਂ
ਇਹ ਹੁਣ ਤੁਸੀਂ ਰੌਲਾ ਰੰਗ ਪਾਇਓ ਹੈ ਬੋ 29 ਨੰਬਰ ਜੋੜੀ ਤੀਰਥ ਸਿੰਘ ਮੱਲੀ ਵਾਲਿਆਂ ਦੀ ਜੋੜਨ ਲੱਗੀ ਆ 30 ਨੰਬਰ ਸੋਨੀ ਜੋੜੇ ਉੱਪਲ ਤੀਹ ਨੰਬਰ ਜੋੜੀ ਸੋਨੀ ਜੋੜੇ ਉੱਪਲ ਪਿੰਦੀ ਤਿਆਰ ਆ ਮਾਰ ਲਾ ਬੈਠਕਾਂ ਜਿਹੜੀਆਂ ਪਹਿਲਾਂ ਮਾਰ ਲਾ ਵਿੱਚ ਨਾ ਮਾਰੀ ਰੱਸੀ ਤੋਂ ਬਾਹਰ ਹੋ ਜਾ ਮੇਰੇ ਵੀਰ ਲਾਤਾ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਬਹੁਤ ਵਧੀਆ ਤੁਹਾਡੀ ਇੱਦਾਂ ਪਿਆਰ ਨਹੀਂ ਹੱਕਣਾ ਮੇਰਾ ਵੀਰ ਗਿਆਰਾਂ ਬਾਰਾਂ ਤੇਰਾਂ ਚੌਦਾਂ ਡਰਾਈਵਰੀ ਕਰ ਲਾ ਬਾਹਰੋਂ ਵੀਰਾ ਬਾਹਰ ਭਾਜੀ ਕੋਈ ਗੱਲ ਨਹੀਂ ਸਾਰਾ ਟੱਬਰ ਲੱਗੇ ਹੋਇਆ ਸੋਲਾਂ ਸਤਾਰਾਂ ਅਠਾਰਾਂ ਉੱਪਰਲਾ ਬਾਲ ਤਾਂ ਮੇਰੇ ਖਿਆਲ ਵੀਰਾ ਮਾੜੀ ਦਾ ਜੀ ਵੀਹ ਘਰ ਦੀ ਜੋੜੀ ਆ ਜੀ ਕਹਿੰਦੇ ਹੱਕਣੇ ਪਿਆਰ ਨਾਲ ਵੀਰ ਜੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਇਕੱਤੀ ਬੱਤੀ ਬਸ ਮੇਰਾ ਵੀਰ ਪਿਆਰ ਨਾਲ ਛੱਕਣੇ ਆ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਤਿੰਨਾਂ ਮਿੰਟਾਂ ਦੇ ਸਾਢੇ ਚੌਥੀ ਗੜੇ ਹੋਏ ਵਾ ਚਾਲੀ ਇਕਤਾਲੀ ਬਤਾਲੀ ਤਰਤਾਲੀ ਚੁਤਾਲੀ ਪੰਤਾਲੀ ਛਿਆਲੀ
47 ਜੱਸੇ ਮੇਰਾ ਵੀਰ ਰੱਸੀ ਦੇ ਬਾਹਰਲੇ ਪਾਸੇ ਹੋ ਜਾ ਦੋਨੇ 48 ਆਪ ਇੱਕ ਹੋਰ ਇਤਰਾਜ਼ ਕਰੂਗਾ ਚਲੋ ਬੋਲਦੇ ਤਾਂ ਤੁਸੀਂ ਨਹੀਂ ਹੈ 49 ਪਿਆ ਮੱਲੀ ਵਾਲੇ ਸਾਰੇ ਇਕੱਠੇ ਹੋਏ ਆ 51 52 53 54 55 56 50 ਮਿੰਟਾਂ ਦੇ ਸਵਾ 56 57 ਭਾਜੀ 58 ਦੁਬਾਰਾ ਨਾ ਉੱਠੀ 59 ਬਸ ਜੇ ਹੁਣ ਦੁਬਾਰਾ ਉੱਠ ਖੜਿਆ ਤਾਂ ਮਿਸਲ ਨਾਲੇ ਵੱਜ ਜਾਣੀ ਆ ਦੁਬਾਰਾ ਚਾਂਸ ਕੋਈ ਨਹੀਂ 60 ਜੋੜੀ ਤੇਰੀ ਵਧੀਆ ਚੱਲਦੀ ਆ 61 62 63 64 65 66 67 68 69 ਲਾਸਟ ਕਿਹੜਾ ਬਈ 70 ਲਓ ਬਈ ਇਸ ਜੋੜੀ ਦਾ ਟਾਈਮ 6 ਮਿੰਟ 18 ਸੈਕਿੰਡ ਤੇ 87 ਪੁਆਇੰਟ ਆ ਜੀ ਹੁਣ ਤੱਕ ਭੱਜੀਆਂ ਜੋੜੀਆਂ ਚੋਂ ਪਹਿਲੇ ਨੰਬਰ ਤੇ ਆਈ ਆ ਇਹ 6 18 87 ਕੀਰੇ ਭਾਜੀ ਟਾਲੀ ਵਾਲ ਵਾਲੇ ਸੋਨੀ ਜੋੜੋ ਉੱਪਰ ਲਿਆਓ ਜੀ ਸੋਨੀ ਜੋੜੇ ਉੱਪਰ 30 ਨੰਬਰ ਜੋੜੀ ਜੋੜਨੀ ਆ ਸੋਨੀ ਜੋੜੋ ਉੱਪਰ ਉਹਨਾਂ ਤੋਂ ਬਾਅਦ 31 ਨੰਬਰ ਜੋੜੀ ਸਾਡੇ ਕੋਲ ਕੈਂਸਲ ਆ 32 ਤੇ ਗੁਰਵਿੰਦਰ ਸਿੰਘ ਰਾਮੇਵਾਲ ਇਹਦਾ ਕਿੰਨਾ ਟਾਈਮ ਸੀ 6 ਮਿੰਟ 6:18 ਜੀ ਨੋਟ ਕਰੀ ਜਾਂਦੇ ਤੁਸੀਂ ਲੈ ਦਿੰਦੇ ਆਪਾਂ ਇੱਥੇ ਲਿਖ ਲਓ ਨਾਲ 6:18 ਜਿਹੜੀਆਂ 6:20 ਤੇ ਆਉਣੀਆਂ ਉਹ ਜਦੋਂ ਇੱਥੇ ਵੜ ਕੇ ਤੇ ਲਿਖ ਲੈਣੀਆਂ ਆ ਉਹਨਾਂ ਦੇ ਵਿੱਚ ਗੋਬਰ ਦਾ ਟਰੈਕਟਰ ਜਾਣਾ ਆ ਜਿਹੜੀਆਂ ਜ਼ਿਆਦਾ 6 ਦੇ ਲਾ ਕੇ ਜਾ ਕੇ ਉਹ ਚਲੋ 6:20 ਦੇ ਥੱਲੇ ਥੱਲੇ ਲਿਖ ਲੈਣੀਆਂ ਜਿਹੜੀਆਂ ਫਿਰ ਜ਼ਿਆਦਾ ਲੇਟ ਆ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਬਈ ਬਾਹਰੋਂ ਨਾ ਕੋਈ ਬਾਲ ਦੇ ਪੈਡ ਵਿੱਚ ਬਣ ਲੱਗੇ ਤੇ ਨਾ ਮਾਰਿਓ ਚਾਹੇ ਰਾਤ ਨਾ ਮਾਰਦਾ ਚਾਹੇ ਜਾਣ ਕੇ ਵੱਲੋਂ ਸੋਢੀ ਲਈ ਮੱਲੀ ਵਾਲੇ ਲਈ 500 ਰੁਪਈਆ ਆਇਆ ਤੇ ਕਾਂਛੀ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਬੇੜੀ 'ਚ ਪਹੁੰਚੇ ਸੋਢੀ ਮੱਲੀ ਵਾਲਾ ਮੇਰਾ ਵੀਰ ਜਿਹੜਾ ਜੋੜੀ ਹੱਕ ਕੇ ਗਿਆ ਆਪਣਾ 500 ਰੁਪਈਆ ਲੈ ਜਾਵੇ ਤੀਰਥ ਸਿੰਘ ਵੱਲੋਂ ਉਹਨਾਂ ਲਈ ਸਪੈਸ਼ਲ ਆਇਆ ਇੱਧਰ ਆ ਜਾਓ ਜੀ ਆਹ ਲਓ ਫੜੋ ਹਾਂਜੀ ਹਾਂਜੀ ਕਿਹਦੇ ਕਿਹਦੇ ਬੋਲ ਦੋ
ठीक है लवे जसिया हो जाओ साइड से मेरा वीर ला दो जी एक दो रस्सी बॉल तो दादू वाल दा आ ते उपरला भिंदी दा जोड़ उपरला दा दो तीन नंबर जोड़ी तीन पहली विच चलदी आ 31 नंबर कैंसिल आ 32 नंबर ते गुरविंदर सिंह रामेवाल चार 33 ते सीता बजूहा पांच छे गुरविंदर सिंह रामेवाल नूं बेनती आ के अपनी जोड़ी सात रखो जी जसिया रौला नहीं पाउणा अठ बई नौ गुरविंदर सिंह रामेवाल दस मेरा वीर पैड़ी दे लागे आ जाओ बजाई अके 11 पौने 11 केड़े 1 मिनट यार राला ना पाओ 12 13 ਬਈ ਕਮੇਟੀ ਵਾਲਾ ਲੋ ਪ੍ਰਬੰਧ ਕਰ ਲੋ ਬੇਨਤੀ ਆ ਕੇ ਸਿਰਫ ਇੱਕ ਬੰਦਾ ਹੀ ਬੋਲੋ ਜੇ ਬਹੁਤ ਵੱਖਰੇ ਵੱਖਰੇ ਇੱਕ ਕਿਹੜਾ ਉਹ ਬੋਲਿਓ ਇੱਕ ਕਿਹੜਾ ਉਹ ਬੋਲਿਓ ਇਦਾਂ ਕਰ ਲਿਓ 15 ਮੇਰਾ ਵੀਰ ਗੁਰਵਿੰਦਰ ਸਿੰਘ ਰਾਮੇਵਾਲ 16 ਲੈਓ ਜੀ ਲੈਓ ਜਲਦੀ ਜੋੜੀ ਛੇਤੀ ਲੈ ਕੇ ਆਓ ਨਹੀਂ ਤਾਂ ਕੱਟ ਲੜੀ ਉਹ ਜੋੜੀ ਛੇਤੀ ਲੈ ਕੇ ਆਓ ਨਹੀਂ ਤਾਂ ਕੱਟ ਲੜੀ ਆਇਓ ਆਇਓ ਛੇਤੀ ਆਇਓ ਆਇਓ ਆਜੋ ਆਜੋ ਅਗਲੀ ਜੋੜੀ ਅਸੀਂ ਤਿਆਰ ਕਰਨੀ ਆ ਕਮੇਟੀ ਯਾਰ ਹੁਣ ਪੁੱਤ ਦੇਖੋ ਰੋਲਾ ਨਾ ਪਾਓ ਮੈਂ ਤੁਹਾਨੂੰ ਦੱਸ ਦਿੰਦਾ ਇੱਧਰ ਕਿੰਨੀਆਂ ਹੋਈਆਂ ਨਹੀਂ ਜੀ ਇਕੱਤੀਵੀਂ
32ਵੀਂ ਆ ਜੀ ਇਹ ਗੁਰਵਿੰਦਰ ਸਿੰਘ ਰਾਮੀਵਾਲ 31ਵੀਂ ਕੈਂਸਲ ਹੋ ਗਈ ਆ 32 ਨੰਬਰ ਜੋੜੀ ਆ ਇਹ 32 ਨੰਬਰ ਕੀ ਆ ਨਾਂ ਕੀ ਗੁਰਵਿੰਦਰ ਸਿੰਘ ਰਾਮੀਵਾਲ ਇੱਕ ਦੋ ਵੀਰ ਜੀ ਰੱਸੀ ਦੇ ਬਾਹਰਲੇ ਪਾਸੇ ਹੋ ਜਾਓ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਸਾਢੇ ਤੇਈ ਕਿਹੜੇ ਦੋ ਮਿੰਟ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਬਈ ਦੋਨੇ ਬਹੁਤ ਡਰਾਮੇ ਵਾਲੇ ਆ ਤੇ ਸੁਖਵਿੰਦਰ ਸਿੰਘ ਕਹਿੰਦਾ ਢੇਸੀਆਂ ਜੋੜੀ ਹੱਕ ਰਿਹਾ ਬੱਤੀ ਤੇਤੀ ਚੌਂਤੀ ਸਵਾ ਚੌਂਤੀ ਤੇ ਥੋੜ੍ਹ ਜਿਹਾ ਉੱਤੇ ਪੈਂਤੀ ਤਿੰਨਾਂ ਮਿੰਟਾਂ ਦੀ ਸਾਢੇ ਚੌਂਤੀ ਤੇ ਘਟਿਆ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਬਈ 33 ਨੰਬਰ ਜੋੜੀ ਸੀਤਾ ਬਜੂਹਾ 41 ਮੇਰੇ ਵੀਰ ਰੋੜਕੇ ਵਾਲੇ ਪਜਾਲੀ ਲੈ ਕੇ ਪੈੜੀ ਦੇ ਲਾਗੇ ਆ ਜਾਓ 42 ਰੋੜਕੇ ਵਾਲੇ ਮੇਰੇ ਵੀਰ ਆਏ ਸੀ ਉਹਨੀ 33 ਨੰਬਰ ਜੋੜੀ ਆ ਉਹ ਪੈੜੀ ਦੇ ਲਾਗੇ ਆ ਜਾਓ ਜੀ 44 45 ਛਿਆਲੀ ਸੰਤਾਲੀ ਅਠਤਾਲੀ ਉਣੰਜਾ ਪੰਜਾਹ ਇਕਵੰਜਾ ਬਵੰਜਾ
53 53 55 56 57 58 59 60 61 62 ਬਹੁਤ ਵਧੀਆ ਬਹੁਤ ਵਧੀਆ ਸਿੱਖਾਂ ਦੇ ਰਾਜ ਦੇ ਪਿਆਰ ਨਾਲ ਹੱਕਣੇ ਸਾਰੇ ਨੇ 63 64 65 ਇਸ ਜੋੜੀ ਤੋਂ ਬਾਅਦ 33 ਨੰਬਰ ਜੋੜੀ ਸੀਤਾ ਬਜੂਹਾ 34 ਨੰਬਰ ਜੋੜੀ ਜਗਿੰਦਰ ਸਿੰਘ ਭਾਰਦਵਾਜੀਆਂ 66 35 ਤੇ ਸੁੱਖਾ ਧਨੀ ਪਿੰਡ 36 ਤੇ ਇੰਦਰਵੀਰ ਸਿੰਘ ਫੋਲੜੀਵਾਲ 68 37 ਤੇ ਹਰਦੀਪ ਸਿੰਘ ਜੌਲ 38 ਤੇ ਸਤਨਾਮ ਸਿੰਘ ਸ੍ਰੀ 69 ਲਾਸਟ ਕਿਹੜਾ ਬਈ ਛੇ 21 94 ਇਹ ਜੋਗ ਦਾ ਟਾਈਮ ਹੈ ਜੀ 6 ਮਿੰਟ 21 ਸੈਕਿੰਡ ਤੇ 94 ਪੁਆਇੰਟ ਹੈ ਜੀ ਹਾਂਜੀ ਹੁਣ ਹੈਗੇ ਜੀ ਸੀਤਾ ਬਜੂਹਾ ਇਹ ਜੀ 33 ਨੰਬਰ ਆ ਸਾਰੀਆਂ 60 ਜੋੜੀਆਂ ਮਗਰੋਂ ਹਾਂਜੀ ਮਗਰੋਂ ਲੈ ਆਓ ਜੀ ਜਲਦੀ ਜੋੜੀ ਲੈ ਆਓ ਮਹਾਰਾਜ ਸਾਰੀ ਸੱਤਿਆਨਾਸ਼ ਪਾਸ ਹੋਈ ਜਾਣ ਹਾਂਜੀ ਥੱਲੇ ਹੋਰ ਪਹਿਲੇ ਪਹਿਲਾਂ ਵਾਲੀ ਨਿਕਲੀ ਹੋਣੀ ਹੈ ਨਾ ਭਾਈ ਉਹਦੇ ਪੁਰਾਣੀ ਚੱਲ ਖੁੱਲਾ ਕੀਤਾ ਆ ਬਾਲ ਥੱਲੇ ਘੱਟ ਹੋਈ ਜਾਂਦੇ ਤਦੇ ਖੁੱਲਾ ਕੀਤਾ ਤਾਂ ਜੋੜੀਆਂ ਦੋਵੇਂ ਨੰਗ ਗਈਆਂ ਫੜ ਲਿਆ ਲੈ ਆਓ ਵੀਰ ਜੀ ਬੋਲਦਾ ਜਲਦੀ ਤੋਂ ਜਲਦੀ ਬੋਲਦਾ ਨੂੰ ਪੇੜੀ ਚ ਲੈ ਆਓ ਜੀ ਲੈ ਆਓ 33 ਨੰਬਰ ਜੋੜੀ ਜੋੜਨ ਲੱਗੀ ਆ 34 ਨੰਬਰ ਤੇ ਜਗਿੰਦਰ ਸਿੰਘ ਭਾਰਦਵਾਜੀਆਂ ਜੀ
ਪਰ ਐ ਨਾ ਬਾਹਰ ਬੈਠੀ ਹੋਵੇ ਹੁਣ ਨਹੀਂ ਤਾਂ ਇੱਥੋਂ ਹੀ ਬਾਹਰ ਲੈ ਜਾਓ ਵੇ ਹਾਂ ਦੱਸ ਦੇ ਬਈ ਸੁਖਵਿੰਦਰ ਲਾ ਦਈਏ ਇਸ ਗੇੜੇ ਤੇ ਲਾ ਦਿਓ ਅੰਕਲ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਸਵਾ ਗਿਆਰਾਂ ਗੇੜੇ ਇੱਕ ਮਿੰਟ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਦੋ ਮਿੰਟ ਸਾਢੇ ਇੱਕੀ ਗੇੜੇ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਇਕੱਤੀ ਰਾਮੇ ਵਾਲ ਜੀ ਇਹ ਸੁਖਵਿੰਦਰ ਜੀ
ਭਾਈ ਸੁਖਵਿੰਦਰ ਆ ਤੈਨੂੰ ਰਾਮੇ ਵਾਲੀਆਂ ਵੱਲੋਂ 500 ਰੁਪਈਆ ਆਇਆ, ਇਹ ਲੈ ਜਾ ਮੇਰਾ ਵੀ। ਜਗਿੰਦਰ ਸਿੰਘ ਜੀ ਭਾਰਤਵਾਜੀ ਆ ਪਰਜੋੜੀ ਸੁੱਖਾ ਧਨੀ ਪਿੰਡ ਤਿਆਰ ਆ ਬਾਈ। 36 ਤੋਂ ਇੰਦਰਵੀਰ ਸਿੰਘ ਫੁੱਲੜੀਵਾਲ। ਟਰੈਲੀ ਦੇ ਕੋਲ ਪਹੁੰਚੇ ਦੀਪਾ ਖੇੜਾ। ਫੋਟੋਗ੍ਰਾਫਰ ਵੀਰ ਬਾਈ ਸਟੇਜ ਦੇ ਲਾਗੇ ਆ ਜਾਵੇ ਫੋਟੋਗ੍ਰਾਫਰ ਵੀਰ। ਸਾਡੇ ਸਨਮਾਨ ਦੀ ਰਸਮ ਕੀਤੀ ਜਾਣੀ ਆ। ਫੋਟੋਗ੍ਰਾਫਰ ਵੀਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਜਲਦੀ ਤੋਂ ਜਲਦੀ ਟਰੈਲੀ ਦੇ ਲਾਗੇ ਆ ਜਾਵੇ। ਬਈ ਦੀਪਾ ਖੇੜਾ ਨਹੀਂ ਜੀ, ਪੀਤੇ ਦਾ ਤਾਂ ਦੀਪੇ ਦਾ ਫਰਕ ਬਹੁਤ ਆ। ਪੀਤਾ ਕਪੂਰਥਲੀ ਆਇਆ, ਦੀਪਾ ਜਲੰਧਰ ਹੀ ਆਇਆ, ਫਰਕ ਬਹੁਤ ਆ। ਦੀਪਾ ਖੇੜਾ ਦੀਪਾ ਲੰਬੜ ਬੇ ਲੰਬੜ ਦੀਪਾ ਖੇੜੇ ਤੋਂ ਜਿੱਥੇ ਵੀ ਆਵਾਜ਼ ਸੁਣਦਾ ਜਲਦੀ ਤੋਂ ਜਲਦੀ ਸਟੇਜ ਦੇ ਲਾਗੇ ਪਹੁੰਚੋ। ਅਗਲੇ ਕਿਹੜੇ ਲਾਇਓ ਜੀ, ਚਲੋ ਇੱਕ ਜੀ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਗਿਆਰਾਂ, ਬਾਰਾਂ, ਪੌਣੇ ਬਾਰਾਂ ਕਿਹੜੇ, ਇੱਕ ਮਿੰਟ ਬਈ, ਤੇਰਾਂ, ਚੌਦਾਂ, 84 ਬਾਲ ਦਾ ਭਾਰਦਵਾਜੀ ਵਾਲਿਆਂ ਦਾ ਤੇ ਉੱਪਰਲਾ ਸਰਬਜੀਤ ਸਿੰਘ ਮਹਿਤਪੁਰ, 15, 16, 17, 18, 19, 20, 21, ਬਾਈ, 23, 24, 25, 26,
27 28 29 30 31 ਸੋਡੀ ਮਾਰਨਾ ਨਹੀਂ ਹੈ 32 33 34 3 ਮਿੰਟ 34 ਜਿਹੜੇ ਬਈ 35 36 37 38 39 ਸੁੱਖਾ ਧਨੀ ਪਿੰਡ ਆਪਣੀ ਜੋੜੀ ਤਿਆਰ ਕਰਕੇ ਲਿਆਓ ਜੀ ਲੱਗੇ ਸੁੱਖਾ ਧਨੀ ਪਿੰਡ 41 ਇਸ ਜੋੜੀ ਤੋਂ ਬਾਅਦ 35 ਨੰਬਰ ਜੋੜੀ ਜਾਣੀ ਆ ਸੁੱਖਾ ਧਨੀ ਪਿੰਡ 43 ਤੇ ਇੰਦਰਵੀਰ ਸਿੰਘ ਹੋਲੜੀਵਾਲ 37 ਤੇ ਹਰਦੀਪ ਸਿੰਘ ਜੌਨ 38 ਤੇ ਸਤਨਾਮ ਸਿੰਘ ਫਰੀ 45 46 47 48 49 50 51 52 53 54 55 56 57 58 59 60 ਕਾਟ 62 63 64 65 ਹੁਣ ਨਾ ਮੇਰਾ ਵੀਰ ਦੁਬਾਰਾ ਨਾ ਉੱਠੀ 66 ਸਟਾਰਟ 68 69 ਲਾਸਟ ਕਿਹੜਾ ਬਈ 70 6:18:34 ਛੇ ਮਿੰਟ 18 ਸਕਿੰਟ 34 ਪੁਆਇੰਟ ਬਈ ਇਹ ਜਿਹੜੀ ਜਗਿੰਦਰ ਸਿੰਘ ਭਾਰਦਵਾਜੀਆਂ ਦੀ ਜੋੜੀ ਭੱਜ ਕੇ ਹਟੀ ਆ ਇਹਨਾਂ ਦਾ ਸਮਾਂ 6:18:34 ਜੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਜੀ ਪੁੱਛ ਕੇ ਲਾਇਆ ਕਰੋ
ਬਈ ਸੁਖਦੇਵ ਸਿੰਘ ਭਾਰਦਵਾਜੀਆਂ ਵਾਲਿਆਂ ਵੱਲੋਂ ਸੋਢੀ ਰਸੂਲਪੁਰ ਵਾਲਾ ਜਿਹੜਾ ਮੇਰਾ ਵੀਰ ਹੱਕ ਕੇ ਗਿਆ ਉਹਨੇ 500 ਰੁਪਈਆ ਆਇਆ ਸੋਢੀ ਲੈ ਜਾ ਬਈ 35 ਨੰਬਰ ਜੋੜੀ ਸੁੱਖਾ ਧਨੀ ਪਿੰਡ ਜੋੜਨ ਲੱਗੀ ਆ ਜੀ 36 ਨੰਬਰ ਤੋਂ ਇੰਦਰਵੀਰ ਸਿੰਘ ਫੁੱਲੜੀਵਾਲ 37 ਤੋਂ ਹਰਦੀਪ ਸਿੰਘ ਜੌਲ 38 ਤੇ ਸਤਨਾਮ ਸਿੰਘ ਸ੍ਰੀ ਸੋਢੀ ਰਸੂਲਪੁਰ ਬਈ ਇੱਦਾਂ ਨਹੀਂ ਭਾਜੀ ਦੇਣਾ ਉਹਨੂੰ ਹੀ ਭੇਜ ਪੱਟੀਆਂ ਦੇ ਕੰਨਾਂ ਨੂੰ ਹੱਥ ਲੱਗਿਓ ਆ ਵਾਪਸ ਮੈਂ ਹੁਣੇ ਲਿਖੀ ਸੀ ਭਾਜੀ ਭਾਜੀ ਉਹਨਾਂ ਨੇ ਪੁੱਛਿਆ ਸੀ ਕਹਿੰਦੇ ਲੈ ਜਾ ਚਲੋ ਠੀਕ ਹੈ ਯਾਰ ਦੂਈ ਵਾਰੀ ਨਹੀਂ ਆ ਗਿਆ ਤੂੰ ਦੂਈ ਵਾਰੀ ਤਾਂ ਨਹੀਂ ਆ ਗਿਆ ਆ ਜਿਹੜੀ ਪਰਚੀ ਜੋੜੀ ਉਹ ਆ ਦਿਓ ਜੀ ਮੈਂ ਭਾਜੀ ਦੇ ਹਾਂਜੀ ਆ ਜਾਓ ਗੱਡੀ ਗਾਹਾਂ ਕਰ ਲਓ ਸੰਗਲ ਨੂੰ ਪਾ ਲੈਣਾ ਭਾਜੀ ਸੰਗਲ ਨੂੰ ਪਾ ਲਓ ਸੰਗਲ ਨੂੰ ਪਾ ਇੱਥੇ ਫੇਰ ਪਾ ਉੱਤੇ ਸੰਗਲ ਨੂੰ ਪਾ ਲਓ ਬਈ ਹੀਰਾ ਲਾਲ ਨਾਰ ਜੀ ਉਹਨਾਂ ਨੂੰ ਬੇਨਤੀ ਆ ਕਿ ਇੱਧਰ ਸਟੇਜ ਦੇ ਲਾਗੇ ਆ ਜਾਣ ਹੀਰਾ ਲਾਲ ਨਾਰ ਉਹਨਾਂ ਨੂੰ ਖੇਡ ਮੇਲੇ 'ਤੇ ਆਉਣ 'ਤੇ ਜੀ ਆਇਆਂ ਆਖਦੇ ਹਾਂ ਜੋੜੀ ਤਾਂ ਕੋਲ ਖੜੀ ਆ ਜੀ ਲੈ ਆਓ ਵੀਰ ਜੀ ਭਾਜੀ 38 ਨੰਬਰ 'ਤੇ ਬੋਲੀਆਂ ਆ ਮੈਂ ਤਾਂ ਇਹ ਪੁੱਛ ਲਓ ਲਗਾਤਾਰ ਹੀ ਬੋਲੀ ਜਾਂਦਾ 35 ਨੰਬਰ ਜੋੜੀ ਸੁੱਖਾ ਧਨੀ ਪਿੰਡ 35 ਚ ਆ ਗਈ ਆ ਜੀ ਇੱਕ ਬੋਲ ਤੋਂ ਪੰਡਾਲਾ ਵਾਲਿਆਂ ਦਾ ਤੇ ਇੱਕ ਧਨੀ ਪਿੰਡੀਆਂ ਦਾ ਦੋਨੇ ਕਰਦੇ ਹੋਗਾ ਜੀ ਠੀਕ ਹੈ ਕਰਦੇ ਆ ਜੀ ਕਹਿੰਦੇ ਦੋਨੇ ਧਨੀ ਪਿੰਡ ਦੇ ਆ ਜੀ ਇਸ ਜੋੜੀ ਤੋਂ ਬਾਅਦ 36 ਨੰਬਰ ਜੋੜੀ ਇੰਦਰਵੀਰ ਸਿੰਘ ਫੁੱਲੜੀਵਾਲ ਚੱਲ ਬਾਹਰ ਲਾਈ ਬਈ ਇੱਕੋ ਘਰ ਦੀ ਜੋੜੀ ਆ ਕਹਿੰਦੇ ਇੱਕੋ ਘਰੋਂ ਜੋਗ ਹੋਵੇ ਬੱਗੇ ਨਾਲ ਸਾਵਾ ਹੋਵੇ ਫੇਰ ਗੱਲ ਬਣਦੀ ਜੇ ਘਰ ਦਾ ਹਕਾਵਾ ਹੋਵੇ ਹੁਣ ਘਾਟ ਬਸ ਇੱਥੇ ਹਕਾਵੇ ਆਪਣੇ ਦੀ ਆ ਅਮਰਵੀਰ ਖੇੜਾ ਜੀ ਅਮਰਵੀਰ ਖੇੜਾ ਹਾਂਜੀ ਆਪਣਾ ਤਾਂ ਕੰਮ ਦੁਨੀਆ ਲਿਜਾਉਣੀ ਕਾਂਜੀ ਦੱਸ ਦੇ ਜਦ ਤਾਂ ਇਸ਼ਾਰਾ ਕਰਨਾ ਫੇਲ ਆਉਣਾ ਲਾ ਦਿਓ ਜੀ ਇੱਕ ਦੋ ਤਿੰਨ ਚਾਰ ਪੰਜ ਛੇ
7 8 9 10 11 12 13 14 15 16 17 18 19 20 21 22 23 2 ਮਿੰਟ ਸਵਾ 23 ਗੜੀ 24 25 26 27 28 29 30 31 32 33 34 ਬਈ ਸਤਨਾਮ ਸਿੰਘ ਜੀ ਖੇੜਾ 35 ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਇੱਧਰ ਸਟੇਜ ਦੇ ਲਾਗੇ ਆ ਜਾਣ ਕੁਰਸੀਆਂ ਤੇ 36 ਬਹੁਤ ਭਜਾਉਂਦੇ ਹੁੰਦੇ ਸੀ ਸਤਨਾਮ ਸਿੰਘ ਜੀ ਖੇੜਾ ਇੰਗਲੈਂਡ ਤੋਂ ਆਏ ਆ ਮੇਰਾ ਖਿਆਲ 37 ਸਰਦਾਰ ਕਰਮਿੰਦਰ ਸਿੰਘ ਹੁਣੀ ਕਹਿੰਦੇ ਵੀ ਇੱਧਰ ਕੁਰਸੀਆਂ ਤੇ ਆ ਜਾਓ ਜੀ ਬਹੁਤ ਮਿਹਰਬਾਨੀ ਹੋਵੇਗੀ 38 39 ਠੀਕ ਆ ਜੀ 40 ਤੋਂ ਆਏ ਆ ਜੀ ਸਤਨਾਮ ਸਿੰਘ ਜੀ ਖੇੜਾ 41 ਸਾਡੇ ਸੀਨੀਅਰ ਆ 42 43 44 45 4 ਮਿੰਟ 45 ਗੇੜੇ ਨੇ 46 47 48 49 50 51 52 53 54 55 56 57 58 59 60 61
ਬਾਹਠ ਤ੍ਰੇਹਠ ਇੱਕ ਜਣਾ ਬੋਲੋ ਬਈ ਇੰਦਰਵੀਰ ਸਿੰਘ ਫੋਲੜੀ ਆਓ ਜੀ ਆਪਣੀ ਜੋੜੀ ਤਿਆਰ ਰੱਖੋ ਚੌਂਹਠ ਇੱਕ ਜਣਾ ਬੋਲੋ ਪੈਂਹਠ ਨਾ ਇਹ ਬੋਲੋ ਤਾਂ ਵਧੀਆ ਆ ਕੋਈ ਗੱਲ ਨਹੀਂ ਇੱਕ ਜਣਾ ਦੱਸ ਲਓ ਪਿਆਰ ਨਾਲ ਛਿਆਹਠ ਸਤਾਹਠ ਅਠਾਹਠ ਉਣਹੱਤਰ ਸੱਤਰ ਤੁਸੀਂ ਘੁੰਮ ਘੁੰਮਾ ਕੇ ਉੱਥੇ ਨੂੰ ਲੈ ਗਏ ਆ ਜੋੜੀ ਪਹਿਲਾਂ ਆਉਂਦੀ ਸੀ ਤੁਹਾਡੇ ਬੋਲਣ ਦੇ ਨਾਲ ਖਰਾਬ ਹੋਇਆ ਉਸ ਜੋੜੀ ਦਾ ਸਮਾਂ 6:23.13 ਆ ਜੀ 6:23.13 ਅੱਗੇ ਹੈਗਾ ਜੀ ਇੰਦਰਵੀਰ ਸਿੰਘ ਫੋਲੜੀਵਾਲ 36 ਨੰਬਰ ਜੋੜੀ ਜੋੜਨ ਲੱਗੀ ਆ ਜੀ ਇੰਦਰਵੀਰ ਸਿੰਘ ਫੋਲੜੀਵਾਲ 39 ਤੇ ਹਰਦੀਪ ਸਿੰਘ ਖਜੂਰਲਾ 40 ਤੇ ਨਰਿੰਦਰ ਸਿੰਘ ਸ਼ੇਰਪੁਰ 41 ਤੇ ਪੀਤਾ ਨੰਗਲਖੇੜਾ 42 ਤੇ ਰਾਜਾ ਫੁੱਲੜੀਵਾਲ 43 ਤੇ ਅਮਰਵੀਰ ਖੇੜਾ 44 ਤੇ ਗੁਰਮਨ ਸਿੰਘ ਪੱਦੀ ਜਗੀਰ 45 ਤੇ ਸੁਖਵਿੰਦਰ ਸਿੰਘ ਢੇਸੀਆਂ ਦਰਸ਼ਕ ਵੀਰੋ ਆਹ ਦੋ ਮਾਨ ਸਨਮਾਨ ਹੋਣੇ ਆ ਹਰਦੀਪ ਸਿੰਘ ਜੌਲ ਸੰਤੋਖ ਸਿੰਘ ਸਰਪੰਚ ਭੰਡਾਲ ਆ ਫੜਿਓ ਜੀ ਇਹਨਾਂ ਦਾ ਮਾਨ ਸਨਮਾਨ ਕਰਨਗੇ ਹਾਂਜੀ ਹਾਂਜੀ ਸੁੱਖਾ ਤਾਂ ਨਹੀਂ ਪਿੰਡ ਜੀ ਬਈ ਕੈਮਰੇ ਵਾਲਾ ਵੀਰ ਕੈਮਰੇ ਵਾਲਾ ਵੀਰ ਮੇਰਾ ਇੱਧਰ ਸਟੇਜ ਦੇ ਲਾਗੇ ਆਵੇ ਮਾਣ ਸਨਮਾਨ ਹੋਣਾ ਚੱਲ ਖਿੱਚ ਲਾ ਖਿੱਚ ਖਿੱਚ ਤੂੰ ਫਸੀ ਤੈਨੂੰ ਬਾਹਰ ਕੱਢ ਯਾਰ ਸਾਰੀਆਂ ਨੂੰ ਤਾਂ ਵੀ ਕਿੱਥੇ ਡਾਤੀਆਂ ਲਿਆ ਕੇ ਖੋਲ ਕੇ ਰੱਖ ਜਾਣਾ ਇਦਾਂ ਟੁੱਟ ਨਹੀਂ ਫਰੀ ਨਾ ਪਲਾਸਟਿਕ ਦੀ ਨਾਲ ਦੀ ਨਾਲ ਸਰਪੰਚ ਸੰਤੋਖ ਸਿੰਘ ਭੰਡਾਲ ਆਪਣਾ ਮਾਨ ਸਨਮਾਨ ਲੈਣ ਮਾਨ ਸਨਮਾਨ ਕਰ ਰਹੇ ਨੇ ਸਰਦਾਰ ਅਮਰੀਕ ਸਿੰਘ ਮਾਨ ਕੁਲਵਿੰਦਰ ਸਿੰਘ ਮਾਨ ਹਰਿੰਦਰ ਸਿੰਘ ਖੇੜਾ ਸਰਪੰਚ ਸੰਤੋਖ ਸਿੰਘ ਭੰਡਾਲ ਆਪਣਾ ਮਾਨ ਸਨਮਾਨ ਲੈਣ ਜੀ ਸ਼ੁਕਰੀਆ ਜੋੜੇ ਦੇ ਵੀ ਦਰਸ਼ਨ ਹੋਏ ਬਾਈ ਜਾਣ ਵਾਲੇ ਤਾਂ ਸਾਹਿਬਜੀਤ ਸਿੰਘ ਭੰਡਾਲ ਉਹ ਲੈ ਲਓ ਸਨਮਾਨ ਜੀ ਆਪਣਾ ਸਾਹਿਬਜੀਤ ਭਾਅ ਜੀ ਆਹ ਲੈ ਲਓ ਸਨਮਾਨ ਅਗਲੀ ਵਾਰ ਨੂੰ ਪਰ ਜੀ ਜੀ ਆਹ ਤੇ ਇੱਕ ਕਿਹੜੇ ਪਾਲ ਸਿੰਘ ਦਾ ਨਾਮ ਕਿਹਦਾ ਨਾਮ
ਮਾਰਾ ਗੀੜਿਓ ਕਿਹੜਾ ਗੀੜੇ ਮੈਂ ਗਣ ਦੂੰਗਾ ਠੀਕ ਹੈ ਜੀ ਭਾਜੀ ਇਹਦੇ ਪਿੱਛੇ ਲਿਖੇ ਹੋ ਆ ਦੇ ਇੱਧਰ ਆ ਮੇਰਾ ਖਿਆਲ ਆ ਇਹ ਆ ਜੀ ਚਲੋ ਹੁਣ ਤਾਂ ਆਪਾਂ ਕਰਾਂ ਬਲਜੀਤ ਸਿੰਘ ਮਾਨ ਇੱਕ ਜੀ ਦੋ ਬੰਦੇ ਭਾਅ ਸਾਰੇ ਬਾਹਰ ਹੋ ਜਾਓ ਮੀਕੇ ਭਾਜੀ ਰੱਸੀ ਦੇ ਬਾਹਰ ਹੋ ਜਾਓ ਤਿੰਨ ਰੱਸੀ ਦੇ ਬਾਹਰ ਬੇਨਤੀ ਆ ਚਾਰ ਪੰਜ ਛੇ ਭਾਜੀ ਲਾਲ ਕਮੀਜ਼ ਵਾਲੇ ਸੱਤ ਮੇਰੇ ਵੀਰ ਹੋ ਜਾਓ ਯਾਰ ਬੇਨਤੀ ਆ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਸਾਢੇ ਬਾਰਾਂ ਤੋਂ ਦੋ ਗਰਮਾ ਘੱਟ ਵੀ ਇੱਕ ਮਿੰਟ ਚੌਦਾਂ ਪੰਦਰਾਂ ਸੋਲਾਂ ਬਈ ਰਾਸੀ ਬੋਲਦ ਹੈਗਾ ਅਮਰੀਕ ਸਿੰਘ ਮੌ ਸਾਹਿਬ ਸਤਾਰਾਂ ਉੱਪਰ ਵਾਲਾ ਸਾਵਾ ਬੈਠਾ ਹੈਗਾ ਰਾਜਾ ਫੁੱਲੜੀਵਾਲ ਅਠਾਰਾਂ ਜੋਰਾ ਸਿੰਘ ਪੰਡੋਰੀ ਗੰਗਾ ਸਿੰਘ ਵਾਲਾ ਹੱਕ ਦਾ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਇਕਤਾਲੀ ਬਤਾਲੀ ਤਰਤਾਲੀ ਚੁਤਾਲੀ ਪਿਆਰ ਨੇ ਬਈ ਜੋਰਿਆ ਪਿਆਰ ਨਹੀਂ ਪੰਤਾਲੀ ਛਿਆਲੀ ਸੰਤਾਲੀ ਅੜਤਾਲੀ ਉਣੰਜਾ ਪੰਜਾਹ ਜੋਰੇ ਗਲਤੀ ਨਾ ਕਰੀ
51 52 53 ਭਾਜੀ ਆ ਕੰਮ ਨਾ ਕਰੋ 54 ਇੱਕ ਬੰਦਾ ਉਦਾਂ ਦੱਸ ਲਓ ਜੋ ਦੱਸਣਾ 55 56 57 58 59 60 ਹਰਦੀਪ ਸਿੰਘ ਜੀ ਜੋੜ ਆਪਣੀ ਜੋੜੀ ਤਿਆਰ ਕਰਕੇ ਪੈੜੀ ਤੇ ਲਾਗੇ ਲੈ ਆਓ 61 62 63 64 65 66 67 68 69 ਲਾਸਟ ਕਿਹੜਾ ਬਈ ਜੁੜਿਆ ਬੈਠ ਕੇ 70 ਬਸ ਜੋੜੀ ਦਾ ਸਮਾਂ ਛੇ ਮਿੰਟ ਪੰਜ ਸਕਿੰਟ 13 ਪੁਆਇੰਟ ਪਰ ਆ ਜਿਹੜੇ ਮੇਰੇ ਵੀਰਾਂ ਨੇ ਲਾਸਟ ਗੇੜੇ ਤੇ ਗਲਤੀ ਕੀਤੀ ਆ ਗਾਹਾਂ ਨਾ ਕੋ ਕਰ ਲਿਓ ਜੇ ਅਸੂਲ ਇੱਕ ਲਈ ਆ ਤਾਂ ਸਾਰਿਆਂ ਲਈ ਆ ਨਹੀਂ ਕਿਸੇ ਲਈ ਵੀ ਨਹੀਂ ਜਿਹੜੇ ਰੂਲ ਹੁੰਦੇ ਆ ਉਹ ਸਾਰਿਆਂ ਲਈ ਬਰਾਬਰ ਹੁੰਦੇ ਆ ਇੱਕ ਥੱਲੇ ਵੀ ਡਿੱਗ ਪਿਆ ਇਸ ਜੋੜੀ ਦਾ ਸਮਾਂ 6 ਮਿੰਟ 5 ਸਕਿੰਟ ਤੇ 13 ਪੁਆਇੰਟ ਆ ਜੀ ਭਾਈ ਜੋੜਿਆ 500 ਰੁਪਈਆ ਫੁੱਲੜੀ ਵਾਲਿਆਂ ਨੂੰ ਤੇ 500 ਰੁਪਈਆ ਅਮਰੀਕ ਸਿੰਘ ਵੱਲੋਂ ਨੋਟ ਵੀ ਤੇਰੇ ਸਾਂਭ ਕੇ ਰੱਖਣ ਵਾਲਾ ਤੇਰੇ ਵਰਗਾ ਗੋਰਾ ਠੀਕ ਹੈ ਜੀ ਹਰਦੀਪ ਸਿੰਘ ਜੀ ਜੋੜ ਹਾਂਜੀ ਕਿੰਨਵੀਂ ਤਾਂ ਜੋੜਨੀ
ਛੋਟੀ ਲਾ ਦਈਏ, ਲਾ ਦਈਓ, ਲਾ ਦਿਓ ਜੀ। ਇੱਕ, ਦੋ, ਤਿੰਨ, ਚਾਰ, ਪੰਜ, ਹਰਦੀਪ ਸਿੰਘ ਜੌਲ, ਛੇ, ਉਹਨਾਂ ਦੀ ਜੋੜੀ ਆ ਜੀ, ਸੱਤ, ਅੱਠ, ਨੌ, ਦਸ, ਗਿਆਰਾਂ, ਬਾਰਾਂ, ਤੇਰਾਂ, ਤੇਰਾਂ ਕਿਹੜੇ, ਇੱਕ ਮਿੰਟ, ਚੌਦਾਂ, ਪੰਦਰਾਂ, ਸੋਲਾਂ, ਹਰਦੀਪ ਸਿੰਘ ਜੀ ਜੌਲ ਉਹਨਾਂ ਦੀ ਜੋੜੀ ਆ ਜੀ, ਸਤਾਰਾਂ, ਇਹਨਾਂ ਤੋਂ ਬਾਅਦ ਸਤਨਾਮ ਸਿੰਘ ਸ੍ਰੀ, ਅਠਾਰਾਂ, ਅਠੱਤੀ ਨੰਬਰ ਜੋੜੀ ਤਿਆਰ ਰੱਖੋ ਜੀ, ਸਤਨਾਮ ਸਿੰਘ ਸ੍ਰੀ, ਉੱਨੀ, ਵੀਹ, ਇੱਕੀ, ਬਾਈ, ਤੇਈ, ਚੌਵੀ, ਸਵਾ ਚੌਵੀ ਗੇੜੇ, ਦੋ ਮਿੰਟ, ਪੱਚੀ, ਛੱਬੀ, ਇਹਨਾਂ ਤੋਂ ਬਾਅਦ ਸਤਨਾਮ ਸਿੰਘ ਸਾਹਿਬ ਦੀ ਜੋੜੀ ਤਿਆਰ ਰੱਖੋ ਜੀ, ਅਠਾਈ, ਤਿੰਨ ਹੋਰ ਦੇ ਨਾਲ, ਉਣੱਤੀ, ਤੀਹ, ਇਕੱਤੀ, ਬੱਤੀ, ਤੇਤੀ, ਚੌਂਤੀ, ਤਿੰਨ ਮਿੰਟ, ਚੌਂਤੀ ਕਿਹੜੇ, ਪੈਂਤੀ, ਛੱਤੀ, ਤੁਹਾਡੀ ਬਾਜੀ ਉੱਠਣਾ ਨਹੀਂ, ਸੈਂਤੀ, ਅਠੱਤੀ, ਤੁਹਾਡੀ ਬਾਜੀ ਹੁਣ ਕੋਈ ਵਾਰਨਿੰਗ ਨਹੀਂ ਹੈ, ਇੰਨਾ ਖਿਆਲ ਕਰੀ, ਉਨਤਾਲੀ, ਚਾਲੀ, ਇਕਤਾਲੀ, ਬਤਾਲੀ, ਤਰਤਾਲੀ, ਚੁਤਾਲੀ, ਪੰਤਾਲੀ, ਛਿਆਲੀ, ਸੰਤਾਲੀ, ਦੇਖ ਲਾ ਫਿਰ ਜਾਣ ਕੇ ਖੜਾ ਕਰ ਲਿਆ ਹੁਣ ਤੁਸੀਂ, ਅਠਤਾਲੀ, ਉਣੰਜਾ, ਪੂਰਾ ਟਾਈਮ ਲਾਉਣਾ ਸੀ ਬੱਚਿਆਂ ਨੇ, ਜਾਣ ਕੇ ਕੰਮ ਖਰਾਬ ਕਰ ਲਿਆ। ਸਤਨਾਮ ਸਿੰਘ ਸ੍ਰੀ ਲਿਆਓ ਜੀ ਆਪਣੀ ਜੋੜੀ, ਸਰਦਾਰ ਕੇਵਲ ਸਿੰਘ ਖੇੜਾ ਅਤੇ ਬਲਜੀਤ ਸਿੰਘ ਨਾਨ, ਇਹ ਦੋ ਮਾਨ ਸਨਮਾਨ ਹੋ ਰਹੇ ਆ, ਬਲਜੀਤ ਸਿੰਘ ਮਾਨ ਜਮਸ਼ੇਰ ਅਤੇ ਕੇਵਲ ਸਿੰਘ ਖੇੜਾ, ਅਸੀਂ ਧੰਨਵਾਦੀ ਹਾਂ।
ਆ ਮਾਨ ਸਨਮਾਨ ਤੇ ਪਹੁੰਚੋ ਜੀ ਕੈਮਰੇ ਵਾਲਾ ਇੱਧਰ ਆਓ ਅਠੱਤੀ ਨੰਬਰ ਜੋੜੀ ਜੋੜਨ ਲੱਗੀ ਆ ਸਤਨਾਮ ਸਿੰਘ ਜੀ ਸ੍ਰੀ ਵਾਲਿਆਂ ਦੀ ਉਨਤਾਲੀ ਨੰਬਰ 'ਤੇ ਜਿਹੜੀ ਜੋੜੀ ਜੋੜਨੀ ਆ ਹਰਦੀਪ ਸਿੰਘ ਖਜੂਰਲਾ ਚਾਲੀ ਨੰਬਰ 'ਤੇ ਨਰਿੰਦਰ ਸਿੰਘ ਸ਼ੇਰਪੁਰ ਇਕਤਾਲੀ ਨੰਬਰ 'ਤੇ ਸਰਦਾਰ ਕੇਵਲ ਸਿੰਘ ਖੇੜਾ ਦਾ ਮਾਨ ਸਨਮਾਨ ਹੋ ਰਿਹਾ ਜਿਹੜਾ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੇ ਬਤਾਲੀ ਨੰਬਰ ਪ੍ਰਬੰਧਕ ਕਮੇਟੀ ਨੂੰ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਬਲਜੀਤ ਸਿੰਘ ਮਾਨ ਆਇਓ ਜੀ ਲੋਕ ਮਾਨ ਸਨਮਾਨ ਤੋਤਾ ਪਿੰਡ ਸਮਰਾਵਾਂ ਤੋਂ ਮੇਰਾ ਵੀਰ ਇੱਥੇ ਆਇਆ ਹੋਇਆ ਉਹ ਸਰਦਾਰ ਗੁਰਨਾਮ ਸਿੰਘ ਜੀ ਭੱਟੀਆਂ ਵਾਲੇ ਨੂੰ ਟਰੈਲੀ ਦੇ ਨਾਲ ਮਿਲਣ ਪਿੰਡ ਸਮਰਾਵਾਂ ਤੋਂ ਤੋਤਾ ਮੇਰਾ ਵੀਰ ਮੇਲੇ ਵਿੱਚ ਆਏ ਆ ਉਹ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੁਣ ਜਲਦੀ ਤੋਂ ਜਲਦੀ ਸਟੇਜ ਦੇ ਲਾਗੇ ਸਰਦਾਰ ਗੁਰਨਾਮ ਸਿੰਘ ਜੀ ਭੱਟੀਆਂ ਵਾਲੇ ਨੂੰ ਮਿਲਣ ਬਈ 39 ਨੰਬਰ 'ਤੇ ਹਰਦੀਪ ਸਿੰਘ ਖਜੂਰਲਾ 40 ਨੰਬਰ 'ਤੇ ਨਰਿੰਦਰ ਸਿੰਘ ਸ਼ੇਰਪੁਰ 41 'ਤੇ ਪੀਤਾ ਨੰਗਲਖੇੜਾ 42 'ਤੇ ਰਾਜਾ ਫੋਲੜੀਵਾਲ 43 ਨੰਬਰ ਅਮਰਵੀਰ ਖੇੜਾ 44 ਨੰਬਰ ਗੁਰਮਨ ਸਿੰਘ ਪੱਦੀ ਜਗੀਰ 45 ਨੰਬਰ 'ਤੇ ਸੁਖਵਿੰਦਰ ਸਿੰਘ ਢੇਸੀਆਂ ਅਤੇ ਕੁਲਵਿੰਦਰ ਸਿੰਘ ਜਮਸ਼ੇਰ ਦੀਆਂ ਦੋ ਜੋੜੀਆਂ ਜਾਣੀਆਂ ਜੀ ਅਤੇ 46 ਨੰਬਰ ਦੇਬਾ ਧਾਰੀਵਾਲ ਉਨਤਾਲੀ ਨੰਬਰ ਦੇ ਵਿੱਚੋਂ ਦੋ ਜੋੜੀਆਂ ਜਾਣੀਆਂ ਆ ਸੁਖਵਿੰਦਰ ਸਿੰਘ ਢੇਸੀਆਂ ਅਤੇ ਕੁਲਵਿੰਦਰ ਸਿੰਘ ਜਮਸ਼ੇਰ ਸ਼ਿੰਦੇ ਦਾ ਵੀ ਕਹਿੰਦੇ ਕਰ ਦਿਓ ਜਦ ਤੋਂ ਕਰ ਦਿਓ ਜੀ ਸ਼ਿੰਦਾ ਭਾਈਆ ਕੈਨੇਡਾ ਵਾਲਾ ਜੀ ਆਇਓ ਜੀ ਸਨਮਾਨ ਲਓ ਸਰਦਾਰ ਸੁਰਿੰਦਰ ਸਿੰਘ ਮਾਨ ਇਹਨਾਂ ਨੇ 1100 ਰੁਪਈਆ ਕਮੇਟੀ ਨੂੰ ਸਹਿਯੋਗ ਦਿੱਤਾ ਪ੍ਰਬੰਧਕ ਕਮੇਟੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਕੈਮਰੇ ਵਾਲੇ ਆ ਜਾ ਯਾਰ ਇੱਕ ਫੋਟੋ ਹੋਰ ਲੈ ਜਾ ਆ ਜਾ ਕਰਦੇ ਆ ਜੋੜੀ ਚੱਲ ਲਵੇ ਆ ਜੋੜੀ ਚੱਲ ਲਵੇ ਹਾਂਜੀ ਕਿਹੜੇ ਪਿੰਡ ਤੁਸੀਂ ਤੀਰਥ ਮਹਿਤਪੁਰ ਵਾਲਾ ਬਈ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਉਹਦਾ ਬਾਬਾ ਜੀ ਉਹਨੂੰ ਸਟੇਜ 'ਤੇ ਬੁਲਾਉਂਦੇ ਆ ਉਹ ਆਪਣੇ ਬਾਬਾ ਜੀ ਨੂੰ ਮਿਲ ਲਵੇ ਆ ਕੇ ਤੀਰਥ ਮਹਿਤਪੁਰ ਵਾਲਾ ਲਵੇ ਲਵੀਏ ਸਤਨਾਮ ਸਿੰਘ ਸ੍ਰੀ ਇੱਕ ਦੋ ਇਹ ਸਤਨਾਮ ਸਿੰਘ ਸ੍ਰੀ ਦੀ ਘਰ ਦੀ ਜੋੜੀ ਆ ਤਿੰਨ ਚਾਰ
पांच छे सात आठ नौ दस ग्यारह ग्यारह गिने दो तारमा एक मिनट बारह इन्हों के बाद उनताली नंबर जोड़ी हरदीप सिंह खजूरला तेरह चौदह पंद्रह सोलह सतारह जोड़िया उठी ना मेरा वीर अठारह उन्नी ਇੱਦਾਂ ਜਿੱਦਾਂ ਪਿੱਛੋਂ ਹਕਾਈ ਹੁੰਦੀ ਆਈ ਇੱਦਾਂ ਪਿਆਰ ਨਾਲ ਹੱਕਣੀ ਸਾਰੇ ਨੇ ਵੀ ਕੀ ਬਾਈ ਦੋ ਕਰਮਾ ਘੱਟ ਬਾਈ ਕਿਹੜੇ ਬਈ ਦੋ ਮਿੰਟ ਤੇਈ ਸ਼ਾਬਾਸ਼ ਰਿਹਾ ਹਰਦੀਪ ਸਿੰਘ ਜੀ ਖਜੂਰਲਾ ਆਪਣੀ ਜੋੜੀ ਲੈ ਕੇ ਆ ਜਾਓ ਜੀ ਬੈੜੀ 'ਚ ਨਰਿੰਦਰ ਸਿੰਘ ਜੀ ਸ਼ੇਰਪੁਰ ਇਕਤਾਲੀ ਅਤੇ ਪੀਤਾ ਨੰਗਲ ਖੇੜਾ ਬਤਾਲੀ ਅਤੇ ਰਾਜਾ ਫੁੱਲੀਵਾਲ ਤਰਤਾਲੀ ਅਤੇ ਅਮਰਵੀਰ ਸਿੰਘ ਖੇੜਾ ਚੁਤਾਲੀ ਅਤੇ ਗੁਰਮਨ ਸਿੰਘ ਪੱਦੀ ਜਗੀਰ ਪੰਤਾਲੀ ਤੇ ਦੋ ਜੋੜੀਆਂ ਆ ਜੀ ਛਿਆਲੀ ਦੇਬਾ ਧਾਰੀਵਾਲ ਸੰਤਾਲੀ ਰੇਸ਼ਮ ਸਿੰਘ ਧਾਰੀਵਾਲ ਆ ਦਿਓ ਜੀ ਐਂਟਰੀ ਫੀਸ ਅੱਗੇ ਪਰਚੀ ਦੇਖ ਕੇ ਲਿਖਾਤੀ ਜੀ ਥੱਲੇ ਕਿਹੜਾ ਉਹ ਉੱਥੇ ਮਾਮੇ ਬਈ ਸਾਰੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ 23 ਮਾਰਚ ਵਾਲੇ ਦਿਨ ਇਸ ਗਰਾਊਂਡ ਵਿੱਚ ਕਬੱਡੀ ਮੈਚ ਹੋਣੇ ਆ ਸੋ ਸਾਰਿਆਂ ਨੇ ਹੁਮ ਹੁਮਾ ਕੇ ਉੱਧਰ ਨੂੰ ਰੌਣਕ ਨੂੰ ਵਧਾਉਣਾ ਹੈ 23 ਮਾਰਚ ਬਈ ਸਤਨਾਮ ਸਿੰਘ ਖੇੜਾ ਅੱਜ ਦੇ ਇਸ ਖੇਡ ਮੇਲੇ ਵਾਸਤੇ ਪ੍ਰਬੰਧਕ ਕਮੇਟੀ ਨੂੰ 1000 ਰੁਪਈਆ ਦਾਨ ਕਰਦੇ ਹਾਂ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ
1100 ਰੁਪਈਆ ਸਰਦਾਰ ਹਰਭਜਨ ਸਿੰਘ ਜੀ ਖੇੜਾ ਉਹ ਵੀ ਦਾਨ ਕਰਦੇ ਆ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਇਹ ਆਈ ਆ ਜੀ 49ਵੀਂ 1 ਘੱਟ 40 ਭਾਜੀ ਆਪ ਕੱਟ ਦੇ ਭਾਜੀ ਗੇੜਾ ਇੱਥੇ ਲਾਉਣਾ ਜਾਂ ਦੱਸ ਦਿਓ ਇਸ ਜੋੜੀ ਤੋਂ ਬਾਅਦ ਦੋ ਮਾਨ ਸਨਮਾਨ ਹੋਰ ਹੋਣੇ ਆ ਸਤਨਾਮ ਸਿੰਘ ਖੇੜਾ ਤੇ ਹਰਭਜਨ ਸਿੰਘ ਖੇੜਾ ਇਹ ਜੋਗ ਚੱਲਣ ਤੋਂ ਬਾਅਦ ਚ ਹਟ ਕਰੋ ਜੀ ਹਟ ਇੱਕ ਕਿਹੜਾ ਹੋਰ ਆ ਲੈਣ ਦਿਓ ਹਜੇ ਇਹ ਲੱਗ ਗਿਆ ਜੀ ਇੱਕ ਦੋ ਤਿੰਨ ਇਹ ਵੇ ਹਰਦੀਪ ਸਿੰਘ ਖਜੂਰਲਾ ਦੀ ਘਰ ਦੀ ਜੋੜੀ ਆ ਚਾਰ ਪੰਜ ਛੇ ਸੱਤ ਅੱਠ ਨੌ ਲੈ ਬਈ 49 ਨੰਬਰ ਜੋੜੀ ਜਿਹੜੀ ਆ ਪੈੜੀ ਦੇ ਵਿੱਚ ਚੱਲਦੀ ਆ 11 12 ਸਵਾ 12 ਗੇੜੇ ਇੱਕ ਮਿੰਟ 13 40 ਨੰਬਰ ਤੇ ਨਰਿੰਦਰ ਸਿੰਘ ਜੀ ਸ਼ੇਰਪੁਰ ਵਾਲਿਆਂ ਦੀ ਜੋੜੀ ਜਾਣੀ ਆ 14 ਮੇਰੇ ਵੀਰ ਨੋਟ ਕਰੋ ਇੱਕ ਵਾਰੀ 15 40 ਨੰਬਰ ਤੇ ਪੀਤਾ ਨੰਗਲ ਖੇੜਾ 16 42 ਨੰਬਰ ਤੇ ਰਾਜਾ ਫੋਲੜੀਵਾਲ 17 43 ਨੰਬਰ ਤੇ ਅਮਰਵੀਰ ਸਿੰਘ ਖੇੜਾ 18 44 ਨੰਬਰ ਤੇ ਗੁਰਮਨ ਸਿੰਘ ਪੱਦੀ ਜਗੀਰ 19 45 ਨੰਬਰ ਤੇ ਸੁਖਵਿੰਦਰ ਸਿੰਘ ਖੇੜਾ 20 ਅਤੇ 45 ਨੰਬਰ ਤੇ ਕੁਲਵਿੰਦਰ ਸਿੰਘ ਜਮਸ਼ੇਰ ਦੀ ਜੋੜੀ ਆਉਣੀ ਆ 21 46 ਨੰਬਰ ਤੇ ਦੇਬਾ ਧਾਰੀਵਾਲ ਅਤੇ 46 ਨੰਬਰ ਤੇ ਜਿਹੜੀ ਦੂਸਰੀ ਜੋੜੀ ਆਉਣੀ ਆ ਅਮਰੀਕ ਸਿੰਘ ਜਮਸ਼ੇਰ ਵਾਲਿਆਂ ਦੀ 1 ਨੰਬਰ ਜੋੜੀ ਆਉਣੀ ਆ 23 47 ਤੇ ਰੇਸ਼ਮ ਸਿੰਘ ਧਾਰੀਵਾਲ 48 ਨੰਬਰ ਤੇ ਆਕਾਸ਼ਵੀਰ ਖੇੜਾ ਤੇ ਉਹਦੇ ਨਾਲ ਅਮਰੀਕ ਸਿੰਘ ਜਮਸ਼ੇਰ ਵਾਲਿਆਂ ਦੀ 2 ਨੰਬਰ ਜੋੜੀ ਆਉਣੀ ਆ 49 ਨੰਬਰ ਤੇ ਸਰਬਜੀਤ ਸਿੰਘ ਭੰਡਾਲ 50 ਤੇ ਗੁਰਨਾਮ ਸਿੰਘ ਭੱਟੀਆਂ 51 ਤੇ ਮਹਿੰਦਰ ਸਿੰਘ ਫਰੀ ਇਹ ਮੇਰੇ ਵੀਰ ਨੋਟ ਕਰੋ
58 ਨੰਬਰ ਤੋਂ ਪਹਿਲਾਂ ਤਿੰਨ ਪਰਚੀਆਂ ਪੈ ਗਈਆਂ ਆ ਜੋ ਕਿ ਇਹਨਾਂ ਦੀਆਂ ਜਮਸ਼ੇਰ ਵਾਲਿਆਂ ਦੀਆਂ ਨਾਲ ਆਪਣੀਆਂ ਜੋੜੀਆਂ ਤੇ ਕੱਤੇ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਇਕਤਾਲੀ ਬਤਾਲੀ ਨਹੀਂ 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 ਭਾਈ ਉਖਾਣੀ ਪਿਆਰ ਨਾਲ ਜੋੜੀ ਬਹੁਤ ਚੱਲਦੀ ਆ ਮਾਰਨ ਦੀ ਤਾਂ ਲੋੜ ਹੀ ਨਹੀਂ ਚੁਤਾਲੀ ਪੰਤਾਲੀ ਛਿਆਲੀ ਸੰਤਾਲੀ ਪੌਣੇ ਸੰਤਾਲੀ ਗੇੜੇ ਚਾਰ ਮਿੰਟ ਦੇ ਆ ਬਈ ਅਠਤਾਲੀ ਉਣੰਜਾ ਕਮੇਟੀ ਦਾ ਬੰਦਾ ਪ੍ਰਣ ਫੜਾ ਦਿਓ ਬਈ ਪੰਜਾਹ ਉਹ ਭਾਜੀ ਤੁਸੀਂ ਕਮੇਟੀ ਦਾ ਬੰਦਾ ਫੜੇ 52 52 52 53 54 55 ਛਪੰਜਾ ਫੜਾ ਦੇ ਭਾਜੀ ਫੜਾ ਦੇ ਕੋਈ ਗੱਲ ਨਹੀਂ 57 58 ਨਾਟ ਨਾ ਪੂੰਝ ਫੇ ਹੁਣ ਰਹਿਣ ਦੇ ਨਾ ਪੂੰਝ 60 ਆ ਵੇਖ ਲਾ ਕੰਮ ਖਰਾਬ ਆਵੇ ਗੱਲ ਆ ਉਹ ਤਾਂ ਖਾਲੀ ਹੱਥਾਂ ਨੇ ਕੱਢ ਲਿਆ ਜੀ ਹੁਣ 56 ਆਪਾਂ ਜੀ ਲੌਂਸ ਕਰ ਦਿਓ ਕਿਹੜੇ ਕਹਿੰਦੇ ਹਾਂਜੀ ਆ ਦੋ ਮਾਨ ਸਨਮਾਨ ਹੋ ਰਿਹਾ ਜੀ ਸਤਨਾਮ ਸਿੰਘ ਖੇੜਾ ਤੇ ਹਰਭਜਨ ਸਿੰਘ ਖੇੜਾ ਹਾਂਜੀ ਕੈਮਰੇ ਵਾਲਾ ਵੀਰੇ ਆ ਜਾ ਆ ਮਾਨ ਸਨਮਾਨ ਤੋਂ ਹੋਣੇ ਆ ਕਿੱਧਰ ਗਿਆ ਕਿਹੜਾ ਨੇ ਕਮੇਟੀ ਦਾ ਸਹਿਯੋਗ ਦੇ ਕੇ ਮਾਨ ਸਨਮਾਨ ਵਧਾਇਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਾਂਜੀ
ਨਰਿੰਦਰ ਸਿੰਘ ਸ਼ੇਰਪੁਰ 40 ਨੰਬਰ ਸਭ ਸੰਗਤਾਂ ਨੂੰ ਦੁਬਾਰਾ ਫਿਰ ਬੇਨਤੀ ਆ ਕਿ 23 ਮਾਰਚ ਨੂੰ ਆ ਖੁੱਲ੍ਹੀ ਗਰਾਊਂਡ ਵਿੱਚ ਕਬੱਡੀ ਦੇ ਮੈਚ ਹੋਣੇ ਆ, ਜਿਸ ਵਿੱਚ ਇੱਕ ਵਿਸ਼ੇਸ਼ ਮੈਚ ਹੋਣਾ ਆ ਲੜਕੀਆਂ ਦਾ ਸ਼ੋਅ ਮੈਚ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 23 ਮਾਰਚ ਨੂੰ ਕਬੱਡੀ ਦੇਖਣ ਆਓ ਅਤੇ ਮੇਲੇ ਦੀ ਰੌਣਕ ਨੂੰ ਵਧਾਓ। ਬਈ ਬਹੁਤ ਛੇਤੀ ਲਿਆਓ ਵੀਰ ਜੀ, ਜੋੜੀਆਂ ਜ਼ਿਆਦਾ ਫਿਰ ਨਿਰਾਜਣ। ਇਹ ਜੋਗ ਚੁਣ ਜਾ ਰਹੀ ਹੈ ਜੀ ਨਰਿੰਦਰ ਸਿੰਘ ਸ਼ੇਰਪੁਰ, ਇਹ ਤੋਂ ਬਾਅਦ ਪੀਤਾ ਨੰਗਲ ਖੇੜਾ। ਆਪਣੀ ਜੋੜੀ ਅਗਲੀ ਤਿਆਰ ਰੱਖੇ ਪੀਤਾ ਨੰਗਲ ਖੇੜਾ। ਜੋੜੀ ਨੰਬਰ 40 ਨਰਿੰਦਰ ਸਿੰਘ ਸ਼ੇਰਪੁਰ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ। ਇਹ ਜਿਹੜੀ ਜੋਗ ਚੱਲਦੀ ਆ ਇੱਕੋ ਘਰ ਦੀ ਜੋੜੀ ਆ ਕੁਲਦੀਪ ਸਿੰਘ ਕਾਨਾ ਢੇਸੀਆਂ ਵਾਲਿਆਂ ਦੀ। 12 ਦੋ ਇਲਾਕੇ ਬਾਅਦ 13 ਇੱਕ ਮਿੰਟ 12 ਗੇੜੇ ਦੋ ਕਰਨਾ ਉੱਪਰ 14 15 16 17 18 ਪੀਤਾ ਨੰਗਲ ਖੇੜਾ ਆਪਣੀ ਜੋਗ ਤਿਆਰ ਰੱਖੇ ਵੀ 19 21 22 23 24 25 ਬਹੁਤ ਸੋਹਣੇ ਭਾਗਦੇ, ਗਲਤੀ ਨਾ ਕਰ ਲਈ ਕੋਈ। 26 27 28 29 ਬਸ 30 31 ਬਹੁਤ ਸੋਹਣੀ ਜੋ ਭੱਜਦੀ ਆ, ਬਹੁਤ ਸੋਹਣੀ।
34 35 36 3 ਮਿੰਟ 35 ਫਿਰੇ 37 38 39 40 ਬਹਿ ਕੇ 41 ਬਹਿ ਆਉਣਾ ਠੀ ਬਹੁਤ ਵਧੀਆ ਜੋੜੀ ਭੱਜਦੀ ਐਵੇਂ ਖਰਾਬ ਨਾ ਕਰ ਲੈ ਕਿਤੇ 42 43 44 45 46 ਪਿਆਰ ਨਾਲ ਬਈ ਪਰ ਅਸੀਂ ਤਾਂ ਬਾਹਰ ਆ ਗਏ ਵੀਰੇ 47 48 49 50 51 52 53 ਅੱਛਾ ਇੰਨੀ ਜੋਤ ਨੇ ਦੁਬਾਰਾ ਨਾ ਮਾਰ ਲਿਆ 55 56 57 58 59 60 61 62 63 ਬਸ 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 ਗਲਤੀ ਨਾ ਕਰ ਲੈਣ 64 65 ਰਾਸੀ ਤੇ ਹੁਣ ਕੀ ਕਰਨਾ ਪਿਆ ਇੰਨਾ ਖਿੱਚੀ ਜਾਂਦਾ 66 67 68 69 ਲਾਸ਼ ਕਿਹੜਾ ਬਈ 70 ਹਾਂਜੀ ਇਹ ਜੋਗ ਦਾ ਟਾਈਮ ਰਿਹਾ ਜੀ 6 ਮਿੰਟ 16 ਸਕਿੰਟ 81 ਪੁਆਇੰਟ 6:16:81 ਹਜ਼ਾਰ ਰੁਪਈਆ ਵੀ 1000 ਰੁਪਈਆ ਲੈ ਗਿਆ ਆਪਣਾ ਕੇ ਹਾਂਜੀ ਆ ਜਾਓ ਜੀ ਪੀਤਾ ਲੰਗਰ ਖੇੜਾ